ਵਿਭਾਰ ਸਿਮਰਤ ਕੋਰ ਬਾਦਲ ਨੇ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਸਰਦਾਰਗੜ ਵਾਸੀ ਅਰਵਿੰਦਰ ਸਿੰਘ ਦੀ ਧੀ ਦੇ ਨਾਲ ਮੁਲਾਕਾਤ ਕੀਤੀ ਭਾਰਤ ਦੀ ਹੋਨਹਾਰ ਤੀਰ ਅੰਦਾਜ਼ ਅਵਨੀਤ ਕੋਰ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਅਤੇ ਇਸ ਮੌਕੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਭਾਰਤ ਦੀ ਹੋਨਹਾਰ ਤੀਰਅੰਦਾਜ਼ ਅਵਨੀਤ ਕੋਰ ਦੇ ਨਾਲ ਮੁਲਾਕਾਤ ਕਰਕੇ ਬੜਾ ਚੰਗਾ ਲੱਗਿਆ ਹੈ ਤੀਰਅੰਦਾਜ਼ੀ ਵਿਸ਼ਵ ਕੱਪ 2022 ਦੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਇਸ ਨੰਨੀ ਛਾਂ ਨੂੰ ਵਿਭਾਰ ਸਿਮਰਤ ਕੋਰ ਨੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਭਵਿੱਖ ਵਿੱਚ ਉਹ ਆਪਣੇ ਖੇਡ ਖੇਤਰ ਦੇ ਵਿੱਚ ਖੋਰ ਕਾਮਯਾਬੀਆਂ ਹਾਸਲ ਕਰਨ ਅਤੇ ਇਸ ਮੌਕੇ ਉਹਨਾਂ ਨੇ ਅਵਨੀਤ ਕੋਰ ਦੀ ਹੌਸਲਾ ਫਜ਼ਾਈ ਵੀ ਕੀਤੀ ਬਿਊਰੋ ਰਿਪੋਰਟ ਅੱਜ ਦੀ ਆਵਾਜ਼